ਸਾਰੇ ਮੁਕਤਸਰ ਵਾਸੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ, ਬਾਈ ਲੱਖਾ ਸਦਾਣਾ ਬਾਈ ਆ ਜਿਨ੍ਹਾਂ ਨੇ ਵੀ ਸਾਡੇ ਹੱਕ 'ਚ ਬੋਲਿਆ, ਸਾਡੇ ਸੱਚ ਦੀ ਬਾਤ 'ਚ ਬੋਲਿਆ, ਬਿੱਟੂ ਮੱਲਣ, ਕੁਲਵੰਤ, ਬਾਈ ਬੁੱਟਰ ਜਾਂ ਹੋਰ ਵੀ ਜਿੰਨੇ ਸੱਜਣ ਨੇ ਜਿਨ੍ਹਾਂ ਨੇ ਸਾਡੇ ਹੱਕ 'ਚ ਬੋਲਿਆ ਨਾ, ਸਾਰਿਆਂ ਦਾ ਧੰਨਵਾਦ ਬਾਈ। ਸੱਚ ਇੱਕ ਦਿਨ ਸਾਹਮਣੇ ਆਊਗਾ। ਹਾਂ, ਸਾਨੂੰ ਕਿਤੇ ਨਾ ਕਿਤੇ ਕੋਰਟਾਂ ਕਚਹਿਰੀਆਂ ਵਕੀਲਾਂ ਦੇ ਦਬਾਅ 'ਚ ਸਾਨੂੰ ਝੂਠਾ ਸਿੱਧ ਕਰ ਦਿੱਤਾ ਜਾਊਗਾ ਬਾਈ, ਪਰ ਅਸੀਂ ਸੱਚੇ ਹਾਂ, ਸੱਚ ਲਈ ਲੜੇ ਹਾਂ, ਨਸ਼ੇ ਦੇ ਖਿਲਾਫ ਲੜੇ ਹਾਂ, ਠੀਕ ਹੈ, ਨਸ਼ਾ ਫਿਰ ਵੀ ਲੜਦੇ ਰਹਾਂਗੇ, ਚਾਹੇ ਮਰ ਵੀ ਗਏ। ਇਹ ਯਾਦ ਰੱਖਿਓ ਵੀ ਅਸੀਂ ਨਸ਼ੇ ਲਈ ਮਰੇ ਸੀਗੇ। ਤੁਹਾਡੇ ਧੀਆਂ ਪੁੱਤ ਬਚਾਉਣ ਲਈ ਮੇਰੀ ਕੋਈ ਇੱਥੇ ਮਾਸੀ ਦਾ ਮੁੰਡਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਮੁਕਤਸਰ 'ਚ, ਨਾ SSP ਸਾਹਿਬ ਦਾ ਕੋਈ ਰਿਸ਼ਤੇਦਾਰ ਸੀ, ਅਸੀਂ ਫਿਰ ਵੀ ਤੁਹਾਡੇ ਧੀਆਂ ਪੁੱਤ ਬਚਾਉਂਦੇ ਰਹੇ ਬਾਈ। ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਆਪਦੇ ਪੁੱਤਾਂ ਲਈ ਲੜੇ, ਸਾਡੇ ਲਈ ਲੜਨਾ ਨਹੀਂ ਲੜਨਾ ਉਹ ਤੁਹਾਡੀ ਮਰਜ਼ੀ ਹੈ, ਪਰ ਆਪਦੇ ਪੁੱਤਾਂ ਲਈ ਇਹ ਜੰਗ ਜਾਰੀ ਜ਼ਰੂਰ ਰੱਖਿਓ ਜੇ ਬਾਈ। ਸੱਚ ਇੱਕ ਦਿਨ ਸਾਹਮਣੇ ਆਊਗਾ, ਸੱਚ ਲੋਕਾਂ ਦੇ ਸਾਹਮਣੇ ਹੈ ਵੀ, ਪਰ ਇਹ ਰਾਜਨੀਤੀ ਜਿਹੜੀ ਚੱਲੀ ਜਾਂਦੀ ਹੈ ਉਹ ਸੱਚ ਸਾਹਮਣੇ ਨਹੀਂ ਆਉਣ ਦੇ ਰਹੀ ਬਾਈ। ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ, ਸਹਿਯੋਗ ਦਿੰਦੇ ਰਹੋ ਜੇ, ਸਾਰਿਆਂ ਦਾ ਧੰਨਵਾਦ ਜਿੰਨਿਆਂ ਦਾ। ਜੇਕਰ ਸਾਡੀ ਗ੍ਰਿਫਤਾਰੀ ਪੈਂਦੀ ਹੈ ਤਾਂ ਬਾਈ ਹੋਰ ਠੋਕ ਕੇ ਸਾਥ ਦਿਓ ਜੇ ਬਾਈ, ਪਰ ਸਾਡਾ ਨਹੀਂ ਸਾਥ ਦੇਣਾ, ਜਿਹੜਾ ਨਸ਼ੇ ਕਰਨ ਵਾਲੇ, ਨਸ਼ੇ ਵੇਚਣ ਵਾਲੇ ਆ, ਇਹਨਾਂ ਦਾ ਖਿਲਾਫ਼ ਬੋਲ ਕੇ ਆਪਦੇ ਬੱਚਿਆਂ ਦਾ, ਆਪਦੇ ਪਰਿਵਾਰਾਂ ਦਾ ਸਾਥ, ਮੁਕਤਸਰ ਵਾਸੀਆਂ ਦਾ, ਸਾਰ ਪੰਜਾਬ ਵਾਸੀਆਂ ਦਾ ਸਾਥ ਦਿਓ ਜੇ ਬਾਈ। ਦਿਲਜੀਤ ਦਾ ਧੰਨਵਾਦ ਹੈ, ਸਰਪੰਚ ਸਾਹਿਬ ਦਾ, ਸਾਰਿਆਂ ਦਾ ਸ਼ੁਕਰੀਆ ਬਾਈ, ਸਾਰਿਆਂ ਦਾ ਧੰਨਵਾਦ। ਸਾਰੇ ਮੁਕਤਸਰ ਵਾਸੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬਾਈ, ਲੱਖਾ ਸਦਾਣਾ ਬਾਈ ਆ ਜਿਨ੍ਹਾਂ ਨੇ ਵੀ ਸਾਡੇ ਹੱਕ 'ਚ ਬੋਲਿਆ, ਸਾਡੇ ਸੱਚ ਦੀ ਬਾਤ 'ਚ ਬੋਲਿਆ, ਬਿੱਟੂ ਮੱਲਣ, ਕੁਲਵੰਤ, ਬਾਈ ਬੁੱਟਰ ਜਾਂ ਹੋਰ ਵੀ ਜਿੰਨੇ ਸੱਜਣ ਨੇ ਜਿਨ੍ਹਾਂ ਨੇ ਸਾਡੇ ਹੱਕ 'ਚ ਬੋਲਿਆ ਨਾ, ਸਾਰਿਆਂ ਦਾ ਧੰਨਵਾਦ ਬਾਈ। ਸੱਚ ਇੱਕ ਦਿਨ ਸਾਹਮਣੇ ਆਊਗਾ। ਹਾਂ, ਸਾਨੂੰ ਕਿਤੇ ਨਾ ਕਿਤੇ ਕੋਰਟਾਂ ਕਚਹਿਰੀਆਂ ਵਕੀਲਾਂ ਦੇ ਦਬਾਅ 'ਚ ਸਾਨੂੰ ਝੂਠਾ ਸਿੱਧ ਕਰ ਦਿੱਤਾ ਜਾਊਗਾ ਬਾਈ, ਪਰ ਅਸੀਂ ਸੱਚੇ ਹਾਂ, ਸੱਚ ਲਈ ਲੜੇ ਹਾਂ, ਨਸ਼ੇ ਦੇ ਖਿਲਾਫ਼ ਲੜੇ ਹਾਂ, ਠੀਕ ਹੈ, ਨਸ਼ਾ ਫਿਰ ਵੀ ਲੜਦੇ ਰਹਾਂਗੇ, ਚਾਹੇ ਮਰ ਵੀ ਗਏ। ਇਹ ਯਾਦ ਰੱਖਿਓ ਵੀ ਅਸੀਂ ਨਸ਼ੇ ਲਈ ਮਰੇ ਸੀਗੇ। ਤੁਹਾਡੇ ਧੀਆਂ ਪੁੱਤ ਬਚਾਉਣ ਲਈ ਮੇਰੀ ਕੋਈ ਇੱਥੇ ਮਾਸੀ ਦਾ ਮੁੰਡਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਮੁਕਤਸਰ 'ਚ, ਨਾ SSP ਸਾਹਿਬ ਦਾ ਕੋਈ ਰਿਸ਼ਤੇਦਾਰ ਸੀ, ਅਸੀਂ ਫਿਰ ਵੀ ਤੁਹਾਡੇ ਧੀਆਂ ਪੁੱਤ ਬਚਾਉਂਦੇ ਰਹੇ ਹਾਂ ਬਾਈ। ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਆਪਦੇ ਪੁੱਤਾਂ ਲਈ ਲੜੇ, ਸਾਡੇ ਲਈ ਲੜਨਾ ਨਹੀਂ ਲੜਨਾ ਉਹ ਤੁਹਾਡੀ ਮਰਜ਼ੀ ਹੈ, ਪਰ ਆਪਦੇ ਪੁੱਤਾਂ ਲਈ ਇਹ ਜੰਗ ਜਾਰੀ ਜ਼ਰੂਰ ਰੱਖਿਓ ਜੇ ਬਾਈ। ਸੱਚ ਇੱਕ ਦਿਨ ਸਾਹਮਣੇ ਆਊਗਾ, ਸੱਚ ਲੋਕਾਂ ਦੇ ਸਾਹਮਣੇ ਹੈ ਵੀ, ਪਰ ਇਹ ਰਾਜਨੀਤੀ ਜਿਹੜੀ ਚੱਲੀ ਜਾਂਦੀ ਹੈ ਉਹ ਸੱਚ ਸਾਹਮਣੇ ਨਹੀਂ ਆਉਣ ਦੇ ਰਹੀ ਬਾਈ। ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ, ਸਹਿਯੋਗ ਦਿੰਦੇ ਰਹੋ ਜੇ, ਸਾਰਿਆਂ ਦਾ ਧੰਨਵਾਦ ਜਿੰਨਿਆਂ ਦਾ। ਜੇਕਰ ਸਾਡੀ ਗ੍ਰਿਫਤਾਰੀ ਪੈਂਦੀ ਹੈ ਤਾਂ ਬਾਈ ਹੋਰ ਠੋਕ ਕੇ ਸਾਥ ਦਿਓ ਜੇ ਬਾਈ, ਪਰ ਸਾਡਾ ਨਹੀਂ ਸਾਥ ਦੇਣਾ, ਜਿਹੜਾ ਨਸ਼ੇ ਕਰਨ ਵਾਲੇ, ਨਸ਼ੇ ਵੇਚਣ ਵਾਲੇ ਆ, ਇਹਨਾਂ ਦਾ ਖਿਲਾਫ਼ ਬੋਲ ਕੇ ਆਪਦੇ ਬੱਚਿਆਂ ਦਾ, ਆਪਦੇ ਪਰਿਵਾਰਾਂ ਦਾ ਸਾਥ, ਮੁਕਤਸਰ ਵਾਸੀਆਂ ਦਾ, ਸਾਰ ਪੰਜਾਬ ਵਾਸੀਆਂ ਦਾ ਸਾਥ ਦਿਓ ਜੇ ਬਾਈ। ਦਿਲਜੀਤ ਦਾ ਧੰਨਵਾਦ ਹੈ, ਸਰਪੰਚ ਸਾਹਿਬ ਦਾ, ਸਾਰਿਆਂ ਦਾ ਸ਼ੁਕਰੀਆ ਬਾਈ, ਸਾਰਿਆਂ ਦਾ ਧੰਨਵਾਦ। ਸਾਰੇ ਮੁਕਤਸਰ ਵਾਸੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬਾਈ, ਲੱਖਾ ਸਦਾਣਾ ਬਾਈ ਆ ਜਿਨ੍ਹਾਂ ਨੇ ਵੀ ਸਾਡੇ ਹੱਕ 'ਚ ਬੋਲਿਆ, ਸਾਡੇ ਸੱਚ ਦੀ ਬਾਤ 'ਚ ਬੋਲਿਆ, ਬਿੱਟੂ ਮੱਲਣ, ਕੁਲਵੰਤ, ਬਾਈ ਬੁੱਟਰ ਜਾਂ ਹੋਰ ਵੀ ਜਿੰਨੇ ਸੱਜਣ ਨੇ ਜਿਨ੍ਹਾਂ ਨੇ ਸਾਡੇ ਹੱਕ 'ਚ ਬੋਲਿਆ ਨਾ, ਸਾਰਿਆਂ ਦਾ ਧੰਨਵਾਦ ਬਾਈ। ਸੱਚ ਇੱਕ ਦਿਨ ਸਾਹਮਣੇ ਆਊਗਾ। ਹਾਂ, ਸਾਨੂੰ ਕਿਤੇ ਨਾ ਕਿਤੇ ਕੋਰਟਾਂ ਕਚਹਿਰੀਆਂ ਵਕੀਲਾਂ ਦੇ ਦਬਾਅ 'ਚ ਸਾਨੂੰ ਝੂਠਾ ਸਿੱਧ ਕਰ ਦਿੱਤਾ ਜਾਊਗਾ ਬਾਈ, ਪਰ ਅਸੀਂ ਸੱਚੇ ਹਾਂ, ਸੱਚ ਲਈ ਲੜੇ ਹਾਂ, ਨਸ਼ੇ ਦੇ ਖਿਲਾਫ਼ ਲੜੇ ਹਾਂ, ਠੀਕ ਹੈ, ਨਸ਼ਾ ਫਿਰ ਵੀ ਲੜਦੇ ਰਹਾਂਗੇ, ਚਾਹੇ ਮਰ ਵੀ ਗਏ। ਇਹ ਯਾਦ ਰੱਖਿਓ ਵੀ ਅਸੀਂ ਨਸ਼ੇ ਲਈ ਮਰੇ ਸੀਗੇ। ਤੁਹਾਡੇ ਧੀਆਂ ਪੁੱਤ ਬਚਾਉਣ ਲਈ ਮੇਰੀ ਕੋਈ ਇੱਥੇ ਮਾਸੀ ਦਾ ਮੁੰਡਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਮੁਕਤਸਰ 'ਚ, ਨਾ SSP ਸਾਹਿਬ ਦਾ ਕੋਈ ਰਿਸ਼ਤੇਦਾਰ ਸੀ, ਅਸੀਂ ਫਿਰ ਵੀ ਤੁਹਾਡੇ ਧੀਆਂ ਪੁੱਤ ਬਚਾਉਂਦੇ ਰਹੇ ਹਾਂ ਬਾਈ। ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਆਪਦੇ ਪੁੱਤਾਂ ਲਈ ਲੜੇ, ਸਾਡੇ ਲਈ ਲੜਨਾ ਨਹੀਂ ਲੜਨਾ ਉਹ ਤੁਹਾਡੀ ਮਰਜ਼ੀ ਹੈ, ਪਰ ਆਪਦੇ ਪੁੱਤਾਂ ਲਈ ਇਹ ਜੰਗ ਜਾਰੀ ਜ਼ਰੂਰ ਰੱਖਿਓ ਜੇ ਬਾਈ। ਸੱਚ ਇੱਕ ਦਿਨ ਸਾਹਮਣੇ ਆਊਗਾ, ਸੱਚ ਲੋਕਾਂ ਦੇ ਸਾਹਮਣੇ ਹੈ ਵੀ, ਪਰ ਇਹ ਰਾਜਨੀਤੀ ਜਿਹੜੀ ਚੱਲੀ ਜਾਂਦੀ ਹੈ ਉਹ ਸੱਚ ਸਾਹਮਣੇ ਨਹੀਂ ਆਉਣ ਦੇ ਰਹੀ ਬਾਈ। ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ, ਸਹਿਯੋਗ ਦਿੰਦੇ ਰਹੋ ਜੇ, ਸਾਰਿਆਂ ਦਾ ਧੰਨਵਾਦ ਜਿੰਨਿਆਂ ਦਾ। ਜੇਕਰ ਸਾਡੀ ਗ੍ਰਿਫਤਾਰੀ ਪੈਂਦੀ ਹੈ ਤਾਂ ਬਾਈ ਹੋਰ ਠੋਕ ਕੇ ਸਾਥ ਦਿਓ ਜੇ ਬਾਈ, ਪਰ ਸਾਡਾ ਨਹੀਂ ਸਾਥ ਦੇਣਾ, ਜਿਹੜਾ ਨਸ਼ੇ ਕਰਨ ਵਾਲੇ, ਨਸ਼ੇ ਵੇਚਣ ਵਾਲੇ ਆ, ਇਹਨਾਂ ਦਾ ਖਿਲਾਫ਼ ਬੋਲ ਕੇ ਆਪਦੇ ਬੱਚਿਆਂ ਦਾ, ਆਪਦੇ ਪਰਿਵਾਰਾਂ ਦਾ ਸਾਥ, ਮੁਕਤਸਰ ਵਾਸੀਆਂ ਦਾ, ਸਾਰ ਪੰਜਾਬ ਵਾਸੀਆਂ ਦਾ ਸਾਥ ਦਿਓ ਜੇ ਬਾਈ। ਦਿਲਜੀਤ ਦਾ ਧੰਨਵਾਦ ਹੈ, ਸਰਪੰਚ ਸਾਹਿਬ ਦਾ, ਸਾਰਿਆਂ ਦਾ ਸ਼ੁਕਰੀਆ ਬਾਈ, ਸਾਰਿਆਂ ਦਾ ਧੰਨਵਾਦ। ਸਾਰੇ ਮੁਕਤਸਰ ਵਾਸੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਬਾਈ, ਲੱਖਾ ਸਦਾਣਾ ਬਾਈ ਆ ਜਿਨ੍ਹਾਂ ਨੇ ਵੀ ਸਾਡੇ ਹੱਕ 'ਚ ਬੋਲਿਆ, ਸਾਡੇ ਸੱਚ ਦੀ ਬਾਤ 'ਚ ਬੋਲਿਆ, ਬਿੱਟੂ ਮੱਲਣ, ਕੁਲਵੰਤ, ਬਾਈ ਬੁੱਟਰ ਜਾਂ ਹੋਰ ਵੀ ਜਿੰਨੇ ਸੱਜਣ ਨੇ ਜਿਨ੍ਹਾਂ ਨੇ ਸਾਡੇ ਹੱਕ 'ਚ ਬੋਲਿਆ ਨਾ, ਸਾਰਿਆਂ ਦਾ ਧੰਨਵਾਦ ਬਾਈ। ਸੱਚ ਇੱਕ ਦਿਨ ਸਾਹਮਣੇ ਆਊਗਾ। ਹਾਂ, ਸਾਨੂੰ ਕਿਤੇ ਨਾ ਕਿਤੇ ਕੋਰਟਾਂ ਕਚਹਿਰੀਆਂ ਵਕੀਲਾਂ ਦੇ ਦਬਾਅ 'ਚ ਸਾਨੂੰ ਝੂਠਾ ਸਿੱਧ ਕਰ ਦਿੱਤਾ ਜਾਊਗਾ ਬਾਈ, ਪਰ ਅਸੀਂ ਸੱਚੇ ਹਾਂ, ਸੱਚ ਲਈ ਲੜੇ ਹਾਂ, ਨਸ਼ੇ ਦੇ ਖਿਲਾਫ਼ ਲੜੇ ਹਾਂ, ਠੀਕ ਹੈ, ਨਸ਼ਾ ਫਿਰ ਵੀ ਲੜਦੇ ਰਹਾਂਗੇ, ਚਾਹੇ ਮਰ ਵੀ ਗਏ। ਇਹ ਯਾਦ ਰੱਖਿਓ ਵੀ ਅਸੀਂ ਨਸ਼ੇ ਲਈ ਮਰੇ ਸੀਗੇ। ਤੁਹਾਡੇ ਧੀਆਂ ਪੁੱਤ ਬਚਾਉਣ ਲਈ ਮੇਰੀ ਕੋਈ ਇੱਥੇ ਮਾਸੀ ਦਾ ਮੁੰਡਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਮੁਕਤਸਰ 'ਚ, ਨਾ SSP ਸਾਹਿਬ ਦਾ ਕੋਈ ਰਿਸ਼ਤੇਦਾਰ ਸੀ, ਅਸੀਂ ਫਿਰ ਵੀ ਤੁਹਾਡੇ ਧੀਆਂ ਪੁੱਤ ਬਚਾਉਂਦੇ ਰਹੇ ਹਾਂ ਬਾਈ। ਹੁਣ
ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਆਪਦੇ ਪੁੱਤਾਂ ਲਈ ਲੜੇ, ਸਾਡੇ ਲਈ ਲੜਨਾ ਨਹੀਂ ਲੜਨਾ ਤੁਹਾਡੀ ਮਰਜ਼ੀ ਹੈ, ਪਰ ਆਪਦੇ ਪੁੱਤਾਂ ਲਈ ਇਹ ਜੰਗ ਜਾਰੀ ਜ਼ਰੂਰ ਰੱਖਿਓ ਜੇ ਬਾਈ। ਸੱਚ ਇੱਕ ਦਿਨ ਸਾਹਮਣੇ ਆਊਗਾ, ਸੱਚ ਲੋਕਾਂ ਦੇ ਸਾਹਮਣੇ ਹੈ ਵੀ, ਪਰ ਇਹ ਰਾਜਨੀਤੀ ਜਿਹੜੀ ਚੱਲੀ ਜਾਂਦੀ ਹੈ ਉਹ ਸੱਚ ਸਾਹਮਣੇ ਨਹੀਂ ਆਉਣ ਦੇ ਰਹੀ ਬਾਈ। ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ, ਸਹਿਯੋਗ ਦਿੰਦੇ ਰਹੋ ਜੇ, ਸਾਰਿਆਂ ਦਾ ਧੰਨਵਾਦ ਜਿੰਨਿਆਂ ਦਾ। ਜੇਕਰ ਸਾਡੀ ਗ੍ਰਿਫਤਾਰੀ ਪੈਂਦੀ ਹੈ ਤਾਂ ਬਾਈ ਹੋਰ ਠੋਕ ਕੇ ਸਾਥ ਦਿਓ ਜੇ ਬਾਈ, ਪਰ ਸਾਡਾ ਨਹੀਂ ਸਾਥ ਦੇਣਾ। ਜਿਹੜੇ ਨਸ਼ੇ ਕਰਨ ਵਾਲੇ, ਨਸ਼ੇ ਵੇਚਣ ਵਾਲੇ ਆ, ਇਹਨਾਂ ਦਾ ਖਿਲਾਫ਼ ਬੋਲ ਕੇ ਆਪਦੇ ਬੱਚਿਆਂ ਦਾ, ਆਪਦੇ ਪਰਿਵਾਰਾਂ ਦਾ ਸਾਥ, ਮੁਕਤਸਰ ਵਾਸੀਆਂ ਦਾ ਸਾਥ, ਪੰਜਾਬ ਵਾਸੀਆਂ ਦਾ ਸਾਥ ਦਿਓ ਜੇ ਬਾਈ। ਦਲਜੀਤ ਦਾ ਧੰਨਵਾਦ ਹੈ, ਸਰਪੰਚ ਸਾਹਿਬ ਦਾ, ਸਾਰਿਆਂ ਦਾ ਸ਼ੁਕਰੀਆ ਬਾਈ, ਸਾਰਿਆਂ ਦਾ ਧੰਨਵਾਦ।